अज सवेरे बटाला की सहकारी शुगर मिल च अचानक बायलर खोलन के नाल एक हादसा वापर गया, जिस हादसे नाल चार शुगर मिल च काम करने वाले मुलाजम बुरी तरह जख्मी हो गए अते गर्म पानी पैन दे नाल जख्मी हालत चो जान दे चलदियां इन्हां चारां नूं सिविल अस्पताल बटाला च दाखिल करवाया गया। उत्ते ही जख्मी लोगों के परिवारों ने कहा कि शुगर मिल प्रशासन वालों कोई सार नहीं ली जा रही। सिविल अस्पताल बटाला के प्रशासन का कहना है कि चार लोग जख्मी हालत च आए सन जो कि जेरे इलाज हैं। मेरा पंजाब न्यूज़ लई बटाला तो हरपाल सिंह दिओल की रिपोर्ट। ਡਾਕਟਰ ਸਮਿਤੀ ਮੈਡਮ ਜਿਹੜੇ ਸ਼ੁਗਰ ਮਿਲ ਤੋਂ ਬੰਦੇ ਆਏ ਕਿੰਨੇ ਬੰਦੇ ਆਏ ਤੇ ਕਿੰਨੇ ਜਖਮੀ ਕਿੰਨੇ ਬੰਦੇ ਆਏ? ਹਾਂਜੀ ਚਾਰ ਬੰਦੇ ਆਏ ਨੇ, ਮਾਰਨਿੰਗ 'ਚ ਆਏ ਸੀਗੇ ਅਤੇ ਸਿਵਲ ਹੋਸਪਿਟਲ ਐਮਰਜੈਂਸੀ 'ਚ ਆਏ ਸੀ। ਜਿਹੜੇ ਔਨ ਡਿਊਟੀ ਡਾਕਟਰ ਸੀਗੇ ਮਾਰਨਿੰਗ 'ਚ, ਉਹਨਾਂ ਨੇ ਟ੍ਰੀਟਮੈਂਟ ਕਰਕੇ ਵਾਰਡ ਸ਼ਿਫਟ ਕਰਵਾਤਾ ਪੇਸ਼ੈਂਟ ਨੂੰ। ਪੇਸ਼ੈਂਟ ਸਟੇਬਲ ਨੇ। ਜਸਵਿੰਦਰ ਸਿੰਘ, ਮੈਂ ਵਰਕਸ਼ਾਪ ਹੋਰਨਾਂ ਦੀ ਪੋਸਟ 'ਤੇ ਕੰਮ ਕਰਦਾ। ਹਾਂਜੀ ਘਟਨਾ ਸਰ ਉੱਥੇ ਹੋਈ ਕਿ ਤਕਰੀਬਨ 1 to 9 ਦੀ ਸ਼ਿਫਟ 'ਤੇ ਚੱਲਦੀ ਸੀਗੀ, 5 ਵਜੇ ਨਾ ਬੋਇਲਰ ਦੀ ਟਿਊਬ ਲੀਕ ਕਰ ਗਈ ਸੀਗੀ। ਟਿਊਬ ਲੀਕ ਕਰਨ ਤੋਂ ਬਾਅਦ ਬੋਇਲਰ ਆਪਾਂ ਠੰਡਾ ਕੀਤਾ, ਠੰਡਾ ਕਰਨ ਤੋਂ ਬਾਅਦ ਉਹਦੇ ਪਿਛਲੀ ਬੈਕ ਸਾਈਡ ਦੇ ਹੈਡਰ ਖੋਲ੍ਹੀ ਦੇਈਏ। ਉਹ ਹੈਡਰ ਚਾਰੇ ਬੰਦੇ ਖੋਲ੍ਹ ਰਹੇ ਸੀਗੇ, ਉਹ ਹੈਡਰ ਖੋਲ੍ਹਦੇ ਖੋਲ੍ਹਦੇ ਇੱਕ ਬੋਲਟ ਟੁੱਟਣ ਕਰਕੇ ਪਾਣੀ ਜਿਹੜਾ ਇੱਕਦਮ ਪ੍ਰੈਸ਼ਰ ਨਾਲ ਵੱਜ ਗਿਆ ਇਹਨਾਂ ਦੇ ਬੰਦਿਆਂ ਦੇ, ਅਤੇ ਉਹਦੇ ਕਰਕੇ ਇਹਨਾਂ ਦੇ ਥੋੜ੍ਹਾ ਜਿਹੜੀ ਪ੍ਰੋਬਲਮ ਆਈ ਹੈ ਲੱਤਾਂ ਦੀ, ਕਿਸੇ ਦੀ ਜਲੀ ਹੈ, 2-3 ਜਣਿਆਂ ਦੇ ਫੇਸ 'ਤੇ ਵੀ 1 ਜਣੇ ਦੇ ਲੜ ਗਈ ਹੈ, ਅਤੇ ਉਹਦੇ ਪਾਣੀ ਗਰਮ ਹੋਣ ਕਰਕੇ ਇਹਨਾਂ ਦੇ ਜ਼ਿਆਦਾ ਪੈ ਗਿਆ ਅਤੇ ਉਹਦੇ ਨਾਲ ਲੱਤਾਂ 'ਤੇ ਜ਼ਿਆਦਾ ਜਿਹੜੀ ਉੱਥੇ ਸੱਟ ਵੱਜੀ ਗਈ। ਹਾਂਜੀ ਜਾਨੀ ਤਾਂ ਨਹੀਂ ਹੋਈ? ਨਹੀਂ ਨਹੀਂ ਜਾਨੀ ਨਹੀਂ ਹੋਇਆ, ਠੀਕ ਹੈ। ਮਤਲਬ ਬੰਦੇ ਦੀ ਲੱਤਾਂ 'ਤੇ ਜ਼ਿਆਦਾ ਆਈ ਹੈ ਪ੍ਰੋਬਲਮ ਕਿ ਲੱਤਾਂ ਜਿਹੜੀਆਂ ਉਹ ਜਦੋਂ ਮਾਸ ਜਿਹੜਾ ਜ਼ਿਆਦਾ ਉਤਰਿਆ। ਚਾਰ ਬੰਦੇ ਸੀਗੇ। ਅਤਿੰਦਰਪਾਲ ਸਿੰਘ ਸਰ ਕੌਣ ਹੈ ਤੁਹਾਡੇ? ਮੇਰੇ ਬ੍ਰਦਰ ਨੇ ਜੀ। ਕੀ ਘਟਨਾ ਹੋਈ ਉਹਨਾਂ ਨੂੰ? ਇਹ ਸਰ ਉਹ ਕੋਈ ਸ਼ੂਗਰ ਮਿਲ 'ਚ ਕੰਮ ਕਰਦੇ ਨੇ ਜੀ, ਉੱਥੇ ਉਹਨਾਂ ਨੇ ਕੋਈ ਸੱਤਾ ਨਾਂ ਦਾ ਪ੍ਰਧਾਨ ਹੈ ਜੀ ਕੋਈ, ਉਹਨੇ ਕਿਹਾ ਕਿ ਇਹਨਾਂ ਕੋਲ ਗਲਤ ਮਤਲਬ ਖਿਲਵਾਤਾ ਵਾ ਜੀ, ਇਹਨਾਂ ਨੂੰ ਉਹਦੇ ਬਾਰੇ ਨਹੀਂ ਨੌਲੇਜ ਨਹੀਂ ਹੈ। ਚਾਰ ਬੰਦੇ ਫੱਟਰ ਹੋ ਗਏ ਨੇ ਜੀ, ਕੋਈ ਮਗਰ ਵੀ ਨਹੀਂ ਆਇਆ, ਕੋਈ ਉੱਥੋਂ ਲੈ ਕੇ ਵੀ ਨਹੀਂ ਆਇਆ, ਉਹਨਾਂ ਦਾ ਕੋਈ ਬੰਦਾ ਵਿਚਾਰਾ ਬਾਅਦ 'ਚ ਆਇਆ, ਉਹਨੇ ਆਣ ਕੇ ਇੱਥੇ ਦਾਖਲ ਕਰਾਏ ਹੈ ਜੀ। ਬਹੁਤ ਮਾੜਾ ਹਾਲ ਆ, ਕੋਈ ਇਹੋ ਜਿਹੀ ਉਹਨੇ ਸਾਰ ਨਹੀਂ ਲਈ, ਕੋਈ ਜੀ ਐੱਮ ਨਹੀਂ ਆਇਆ, ਕੋਈ ਪ੍ਰਧਾਨ ਨਹੀਂ ਆਇਆ, ਕੋਈ ਲੈਣੀ ਨਹੀਂ ਕੋਈ ਦੇਣੀ ਨਹੀਂ, ਕੋਈ ਬੰਦਾ ਨਹੀਂ ਵੜਿਆ ਇੱਥੇ ਤੱਕ, ਇੱਕ ਬੰਦਾ ਸਿਰਫ ਇਹਨਾਂ ਦਾ ਇੱਥੇ ਹੈਗਾ ਜੀ। ਹਾਂਜੀ ਇੱਥੇ ਉਹੀ ਇੱਕ ਬੰਦਾ ਜਿਹੜਾ ਲੈ ਕੇ ਆਇਆ ਵਾ, ਉਹ ਹੀ ਆ। ਹੈਂ? ਗੁਰਪ੍ਰੀਤ ਸਿੰਘ। ਉਹ ਕੌਣ ਹੈ? ਉਹ ਕੋਈ ਮਿਲ ਜਾ ਅਫਸਰ ਨੇ ਸ਼ਾਇਦ, ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ।